ਮੁਕਤਸਰ ਸਾਹਿਬ ਦੇ ਨਾਲ ਰਿਲੇਟਡ ਹੈ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੰਜਾਬ। ਇਹ ਜਿਹੜੀ ਘਟਨਾ ਹੋਈ ਹੈ ਜੀ, ਇਹ ਘਟਨਾ ਨੇ ਪੰਜਾਬ ਦੇ ਆਲ ਦੁਨੀਆ ਦੇ ਲੋਕਾਂ ਨੂੰ ਇੱਕ ਸੰਕੇਤ ਦਿੱਤਾ। ਸੰਕੇਤ ਕੀ ਹੈ ਕਿ ਮਾਮਲਾ ਇਹ ਜੀ ਮਮਤਾ ਦਾ, ਸਾਡੀ ਮਾਂ ਦਾ ਮਾਮਲਾ ਹੈ। ਇਹ ਲਾਈਨ ਜਿਹੜਾ ਅੱਜ ਮਾਤਾ 'ਤੇ ਚੱਲਣਾ, ਸਾਡੀ ਮਾਂ 'ਤੇ ਚੱਲਣਾ, ਜਿਹੜੀ ਚੱਲਣੀ ਹੈ ਸਾਡੀ। ਮਾਮਲਾ ਹੈ ਉਸ ਸ਼ਖਸੀਅਤ ਦਾ ਜਿਹਨੇ ਸਾਨੂੰ 9 ਮਹੀਨੇ ਪੇਟ ਦੇ ਵਿੱਚ ਰੱਖਿਆ, ਉਸ ਤੋਂ ਬਾਅਦ ਸਾਨੂੰ ਆਪਣਾ ਦੁੱਧ ਪਿਲਾਇਆ। ਮਾਮਲਾ ਹੈ ਉਸ ਮਾਂ ਦਾ ਜਿਹੜੀ ਆਪ ਗਿੱਲੇ ਥਾਂ 'ਤੇ ਸੌਂਦੀ ਰਹੀ ਪਰ ਸਾਨੂੰ ਸੁੱਕੇ ਥਾਂ 'ਤੇ। ਮਾਂ ਮਾਮਲਾ ਹੈ ਉਸ ਮਾਤਾ ਦਾ, ਉਸ ਜਨਨੀ ਦਾ ਜਿਹੜੀ ਦੁੱਧ ਰਿੜਕਦੀ ਹੋਈ ਉਸ ਬੱਚੇ ਨੂੰ ਅੱਧ ਰਿੜਕਿਆ ਦੁੱਧ ਪਿਆਉਂਦੀ ਸੀ, ਉਹਦਾ ਮਾਮਲਾ ਹੈ ਜੀ। ਉਹਦੇ 'ਤੇ ਲਾਈਵ ਹੈ, ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਹਨੂੰ। ਇਹ ਸਭ ਵਾਸਤੇ ਸਾਂਝਾ, ਅੱਜ ਕੋਈ ਇਹੋ ਜਿਹਾ ਮੈਟਰ ਨਹੀਂ ਮੇਰੇ ਕੋਲ ਵੀ ਕਿਸੇ 'ਤੇ ਆਪਾਂ ਟਾਰਗੇਟ ਕਰਨਾ, ਨਹੀਂ। ਇਹ ਮਾਮਲਾ ਹੀ ਇਹੋ ਜਿਹਾ ਜੀ, ਵੱਧ ਤੋਂ ਵੱਧ ਸ਼ੇਅਰ ਕਰੋ ਪਲੀਜ਼ ਇਹਨੂੰ। ਜ਼ਿਆਦਾ ਇਹਦੇ 'ਚ ਇਹ ਲਾਈਵ ਹਰੇਕ ਦੇ ਦੇਖਣ ਯੋਗ ਹੈ, ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ, ਸਾਡੇ ਬਜ਼ੁਰਗ, ਸਾਡੇ ਭੈਣ, ਸਾਡੇ ਭਰਾ, ਖਾਸ ਕਰਕੇ ਇਹ ਸਾਡੇ ਭਰਾ ਵਾਸਤੇ ਹੈ ਜਿਹਨਾਂ ਨੂੰ ਇੱਕ ਨਵਾਂ ਸੰਕੇਤ ਜਾਣਾ ਇਸ ਲਾਈਨ ਦੇ ਨਾਲ। ਮਾਮਲਾ ਹੈ ਉਸ ਮਾਂ ਦਾ ਜਿਸ ਮਾਂ ਨੇ ਸਾਨੂੰ ਲੋਰੀਆਂ ਦੇ ਦੇ ਕੇ ਇੱਥੋਂ ਤੱਕ, ਉਹ ਮਾਂ ਜਿਹੜੀ ਆਪ ਭੁੱਖੀ ਰਹਿੰਦੀ ਅਤੇ ਸਾਨੂੰ ਰਜਾ ਕੇ ਖਵਾਉਂਦੀ ਰਹੀ, ਉਹ ਮਾਂ ਜਿਸ ਨੇ ਸਾਨੂੰ ਦੁਨੀਆਂ ਲਿਖਾਈ, ਉਹ ਮਾਂ ਜਿਹਨੇ ਸਾਨੂੰ ਸੱਚੇ ਮਾਰਗ 'ਤੇ ਚੱਲਣਾ ਸਿਖਾਇਆ ਸਾਡੇ ਮਾਂ ਪਿਓ, ਉਹ ਮਾਂ ਜਿਹਨੇ ਆਪਦੇ ਹੰਝੂ ਕੇਰਤੇ ਪਰ ਸਾਡੇ ਹੰਝੂ ਨਹੀਂ ਡਿੱਗਣ ਦਿੱਤੇ ਉਸ ਮਾਂ ਨੇ। ਇਹ ਸੰਕੇਤ ਹੈ ਜੀ ਮੇਰਾ ਅੱਜ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਰਿਲੇਟਡ ਇਹ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਇਹਦੇ ਨਾਲ ਸ਼ਰਮਸ਼ਾਲ ਨਾਲ ਸਾਡਾ ਨਾ ਸਿਰ ਝੁਕਦਾ ਵੀ ਇਹੋ ਜਿਹੇ ਪੁੱਤਾਂ ਨੂੰ ਅਸੀਂ ਕੀ ਕਰਨਾ। ਪਿਛਲੇ ਦਿਨੀ ਇੱਕ ਟੀ ਵੀ ਚੈਨਲਾਂ ਦੇ ਉੱਤੇ ਕੱਲ੍ਹ ਮੇਰੇ ਕੋਲ ਇੱਕ ਵੀਡੀਓ ਚੱਲ ਰਹੀ ਹੈ, ਲੋਕਾਂ ਨੇ ਵੇਖ ਲਈ ਹੋਣੀ ਹੈ, ਉਹ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਜੀ ਸਪੈਸ਼ੂਟਾਂ ਦੇ ਵਿੱਚ ਦਿਖਾਉਣਾ ਤੁਹਾਨੂੰ ਮੈਂ ਲੈਣ, ਉਹ ਦਿਖਾ ਰਿਹਾ ਜੀ, ਦੇਖ ਲਓ। ਜੇ ਕਿਸੇ ਨੇ ਨਾ ਦੇਖੀ ਹੋਵੇ ਤਾਂ ਉਹ ਵੀ ਦੇਖ ਲਓ ਤੁਸੀਂ, ਮੈਂ ਤੁਹਾਨੂੰ ਦਿਖਾਉਣ ਲੱਗਾ ਸਪੈਸ਼ੂਟਾਂ ਦੇ। ਆਹ ਮਾਂ ਜੀ ਉਹ ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀ ਮਾਂ ਜਹਾਨੋਂ ਕੂਚ ਕਰ ਗਈ, ਆਹ ਹੈ ਜੀ ਮਾਮਲਾ, ਆਹ ਦੇਖ ਲਓ। ਅਤੇ ਆਹ ਇਹਦਾ ਘਰ ਦੇਖ ਲਓ, ਆਹ ਮਾਤਾ ਪਈ ਹੈ ਇੱਕ ਛੱਪੜ ਦੇ ਵਿੱਚ, ਪਈ ਹੈ ਮਾਤਾ ਛੱਪੜ ਦੇ ਵਿੱਚ। ਆਹ ਲਓ ਜੀ, ਆਹ ਬਿਲਕੁਲ ਆਹ ਛੱਪਰ ਹੈ ਜੀ, ਇੱਕ ਜੰਗਲ ਵੀ ਹੈ ਮਾਂ ਨਰਗਾ ਛੱਪਰ ਹੈ, ਜਿਵੇਂ ਇੱਕ ਜੰਗਲ ਹੁੰਦਾ, ਆਹ ਮਾਂ ਹੈ ਜੀ ਉਹ। ਮੇਰੇ ਤੋਂ ਜੂਮ ਕਰਕੇ ਵੀ ਦਿਖਾ ਦਿੰਦਾ, ਪਲੀਜ਼ ਦੇਖ ਲਿਓ ਜੀ। ਇਹ ਸੰਕੇਤ ਬਹੁਤ ਵੱਡਾ ਸੰਕੇਤ ਜਾ ਰਿਹਾ ਹੈ ਦੁਨੀਆਂ ਨੂੰ, ਮੈਂ ਸੰਕੇਤ ਦੇ ਰਿਹਾ ਵੀ ਇਸ ਤਰ੍ਹਾਂ ਨਾ ਕਰੋ।
ਸਰਕਾਰੀ ਅਹੁਦਿਆਂ ਦੇ ਉੱਤੇ ਵਧੀਆ ਵਧੀਆ ਅਹੁਦਿਆਂ ਦੇ ਉੱਤੇ ਬਿਰਾਜਮਾਨ ਪੁੱਤਰਾਂ ਵੱਲੋਂ ਤੇ ਧੀਆਂ ਵੱਲੋਂ ਇਸ ਮਾਂ ਨੂੰ ਜੰਗਲਾਂ ਦੇ ਵਿੱਚ ਮਰਨ ਲਈ ਛੱਡਤਾ ਬੱਚਿਆਂ ਨੇ। ਉਹ ਮਾਂ ਏ ਜਿਨ੍ਹਾਂ ਨੇ ਜਿਸ ਮਾਂ ਨੇ ਇਹ ਬੱਚੇ ਅਫਸਰ ਲਵਾਏ ਹੈ, ਚੰਗੇ ਚੰਗੇ ਅਹੁਦਿਆਂ ਦੇ ਅਫਸਰ ਹੈ ਇਹ ਲੋਕ ਜਿਨ੍ਹਾਂ ਦੀ ਮਾਂ ਹੈ। ਇਹ ਸਾਰੀ ਮਨੁੱਖਤਾ ਨੂੰ ਸ਼ਰਮ ਖਿਸ਼ਾਰ ਕਰਤਾ ਇਸ ਵੀਡੀਓ ਨੇ। ਇਹਦੀ ਮਾਂ ਦੀ ਡੈਥ ਹੋ ਚੁੱਕੀ ਹੈ, ਇਹ ਮਾਂ ਦੇ ਕੀੜੇ ਪੈ ਚੁੱਕੇ ਸੀ। ਇਹ ਜਿਹੜੀ ਖਬਰ ਪੰਜਾਬ ਨਾਲ ਸੰਬੰਧਿਤ ਹੋਣ ਕਰਕੇ ਤਾਂ ਹੀ ਮੈਂ ਦਿਖਾ ਰਿਹਾ ਹੈ ਕਿ ਮਾਵਾਂ ਦਾ ਸਾਡੇ ਕੋਲ ਰੁਤਬਾ ਕੀ ਹੈ ਇਹੋ ਜਿਹੇ ਲੋਕਾਂ 'ਚ, ਜਿਹਨੇ ਸਾਨੂੰ ਜਨਮ ਦਿੱਤਾ ਉਹਦਾ ਕੀ ਰੁਤਬਾ ਇਹਨਾਂ ਲੋਕਾਂ ਨੇ ਕੀ ਦਿਖਾ ਰਹੇ ਹੈ। ਜਿਸ ਨੂੰ ਪਹਿਲੀ ਵਾਰ ਦਿਲ ਨਹੀਂ ਕਰਦਾ ਮੰਨਣ ਨੂੰ ਵੀ ਇਹੋ ਜਿਹੀ ਗੱਲ ਹੋਊਗੀ, ਅਸੀਂ ਤਿਆਰ ਨਹੀਂ ਹੈ। ਕਿਉਂਕਿ ਪੰਜਾਬੀ ਤਾਂ ਜਿਹੜੇ ਪੰਜਾਬੀ ਲੋਕ ਹੈ ਨਾ, ਪੰਜਾਬੀ ਲੋਕ ਆਲ ਦੁਨੀਆਂ ਦੇ ਵਿੱਚ ਵੱਸ ਰਹੇ ਆ। ਕੋਈ ਜੀਵ ਜੰਤੂ ਵੀ ਕੋਈ ਕਿਸੇ ਨੂੰ ਸੱਟ ਲੱਗ ਜੇ, ਕੋਈ ਸੜਕ ਦੇ ਉੱਤੇ ਕੋਈ ਐਕਸੀਡੈਂਟ ਹੋ ਜਾਵੇ ਜੀਵ ਜੰਤੂ ਦਾ ਵੀ, ਤੇ ਉਹ ਵੀ ਲੋਕ ਉਸ ਜੀਵ ਜੰਤੂ ਨੂੰ ਪਾਸੇ ਕਰ ਦਿੰਦੇ ਆ ਵੀ ਇਹਦੇ ਦੇ ਉੱਤੇ ਕੋਈ ਚੀਜ਼ ਨਾ ਲੱਗ ਜੇ, ਇਹਦਾ ਕੋਈ ਨੁਕਸਾਨ ਨਾ ਹੋ ਜੇ। ਇਹੋ ਜਿਹਾ ਵਿਵਹਾਰ ਨਹੀਂ ਕਰਦੇ ਜਿਸ ਮਾਂ ਦਾ ਇਹ ਪਰਿਵਾਰਕ ਮੈਂਬਰਾਂ ਨੇ ਅੱਜ ਹਸ਼ਰ ਹੋ ਰਿਹਾ ਮਾਂ ਦਾ। ਇਹ ਬਜ਼ੁਰਗ 2x2 ਦੇ ਇੱਕ ਛੱਪੜ 'ਚ ਪਈ ਰਹੀ ਹੈ, ਇਹ ਨਹੀਂ ਹੁਣ ਪਤਾ ਵੀ ਇਹ ਕਿੰਨਾ ਚਿਰ ਉੱਥੇ ਪੈ ਰਹੀ ਹੈ, ਪਈ ਰਹੀ ਹੈ। ਇੱਕ ਜੰਗਲ ਛੱਪੜ 2x2 ਤੇ ਰੋਣਾ ਆਉਂਦਾ ਸੀ ਉੱਥੇ ਜਾ ਕੇ। ਅੱਜ ਮੈਂ ਖੁਦ ਉੱਥੇ ਵੇਖ ਕੇ ਆਇਆ ਉਹ ਜਗ੍ਹਾ ਜਿੱਥੇ ਮਾਂ ਪਈ ਸੀ। ਮੈਥੋਂ ਰਿਹਾ ਨਹੀਂ ਗਿਆ ਕਿ ਮੈਂ ਲੋਕਾਂ ਨੂੰ ਦਿਖਾਵਾਂ ਕਿ ਯਾਰ ਮਾਂ ਦਾ ਆਹ ਰੁਤਬਾ ਸਾਡੇ ਕੋਲ। ਜਿੰਨਾ ਸਮਾਜ ਸੇਵੀਆਂ ਨੇ ਇਹਦਾ ਇਲਾਜ ਕਰਾਇਆ, ਇਸ ਮਾਂ ਦੇ ਉੱਤੇ ਨਾ ਮਾਤਰ ਕੱਪੜੇ ਸੀ, ਨਾ ਮਾਤਰ ਕੱਪੜੇ, ਤੇ ਫਿਰ ਅਸੀਂ ਪੁੱਤਾਂ ਨੂੰ ਕੀ ਕਰਾਉਣਾ ਹੈ ਜਿਹੜੇ ਆਪਦੀ ਮਾਂ ਨੂੰ 2 ਕੱਪੜੇ ਵੀ ਦੇ ਸਕਦੇ ਢੱਕਣਾ ਉੱਤੇ। ਜਿਸ ਕਾਰਨ ਡਾਕਟਰਾਂ ਨੇ ਵੀ ਅਣਥੱਕ ਮਿਹਨਤ ਤੋਂ ਬਾਅਦ ਡਾਕਟਰਾਂ ਦੀ ਅਣਥੱਕ ਮਿਹਨਤ ਤੋਂ ਬਾਅਦ ਇਸ ਮਾਤਾ ਦੀ ਡੈਥ ਹੋ ਗਈ, ਮੌਤ ਹੋ ਚੁੱਕੀ ਹੈ। ਕਿਹਦੇ ਕਾਰਨ ਹੋਈ ਹੈ? ਇਹ ਉਹਨਾਂ ਪੁੱਤਰਾਂ ਦੇ ਕਾਰਨ, ਉਹਨਾਂ ਧੀਆਂ ਦੇ ਕਾਰਨ ਜਿਨ੍ਹਾਂ ਨੇ ਇਹਦੀ ਸਾਂਭ ਸੰਭਾਲ ਨਹੀਂ ਕੀਤੀ। ਚੈਨਲ ਰਾਹੀਂ ਪਤਾ ਲੱਗਾ ਸਾਨੂੰ ਕਿ ਇਸ ਮਾਤਾ ਦੇ ਜਿਹੜੇ ਪੁੱਤਰ ਤੇ ਧੀਆਂ ਹੈ ਨਾ, ਉਹ ਉੱਚੇ ਉੱਚੇ ਉਹਦੇ ਉੱਤੇ ਬਿਰਾਜਮਾਨ ਹੈ। ਹੁਣ ਉੱਚੇ ਤੋਂ ਉੱਚਾ ਉਹਦਾ ਵੇਖ ਲਓ ਕਿਹੜਾ ਹੁੰਦਾ, ਉੱਥੇ ਬਿਰਾਜਮਾਨ ਹੈ। ਇਸ ਮਾਂ ਦੇ ਪੁੱਤਰ ਤੇ ਉਹ ਧੀਆਂ ਜਿਨ੍ਹਾਂ ਨੇ ਜਿਸ ਮਾਂ ਦਾ ਉਹ ਦੁੱਧ ਪੀਤਾ, ਉਹਨਾਂ ਨੇ ਜਿਸ ਮਾਂ ਨੇ ਲੋਰੀਆਂ ਦੇ ਦੇ ਕੇ ਸੌਂਦੀ ਰਹੀ ਹੈ, ਤੇ ਅੱਜ ਉਹ ਮਾਂ 2x2 ਛੱਪੜ ਦੇ ਵਿੱਚ ਉਹਦੀ ਮੌਤ ਹੋ ਗਈ। ਕਿੱਡੀ ਸ਼ਰਮ ਵਾਲੀ ਗੱਲ ਹੈ ਯਾਰ। ਉਹ ਅਸੀਂ ਆਪਣੇ ਮਾਂ ਪਿਓ ਨੂੰ ਨਹੀਂ ਸਾਂਭ ਸਕਦੇ, ਐਡੀਆਂ ਐਡੀਆਂ ਸਰਦਾਰੀਆਂ ਦੇ ਐਡੇ ਐਡੇ ਰੈਂਕਾਂ ਤੋਂ ਅਸੀਂ ਕੀ ਲੈਣਾ ਯਾਰ? ਲੱਖ ਲਾਨਤਾਂ ਤੁਹਾਨੂੰ, ਲੱਖ ਲਾਨਤਾਂ ਤੁਹਾਨੂੰ ਜਿਹੜਾ ਅਸੀਂ ਆਪਦੇ ਮਾਂ ਪਿਓ ਨੂੰ ਨਹੀਂ ਸੰਭਾਲ ਸਕਦੇ, ਤੇ ਲੋਕਾਂ ਦੀ ਕੀ ਸੇਵਾ ਕਰਾਂਗੇ ਅਸੀਂ? ਇਹ ਕੁਛ ਅਹੁਦਿਆਂ ਦੇ ਅਫਸਰ ਬਿਰਾਜਮਾਨ ਹੈ ਇਸ ਮਾਤਾ ਦੇ ਲੜਕੇ, ਸ੍ਰੀ ਮੁਕਤਸਰ ਸਾਹਿਬ ਨਾਲ ਰਿਲੇਟਡ ਹੈ। ਉਹਨਾਂ ਬੱਚਿਆਂ ਦਾ ਕੀ ਫਾਇਦਾ ਜਿਹੜੀ ਆਪਦੀ ਮਾਂ
पिता की यह संभाल नहीं कर सकते। उन्होंने लोगों तो पब्लिक की आस करूगी, जिहड़े जिहड़े वसे अफसर लगे है, पब्लिक की आस करूगी कि सानू यह न्याय देणगे जां साडी सुनवाई करनगे, जिन्हां दी मां आपदी छप्पर दे विच पई है 2x2 दे विच। लख लानत है इहो जिहे बच्चिआं नूं, लख लानत आ लग्गे। इस लई असीं बेनती करदे हां सरकारां तों कि इह ऑफिसर साहिबान जिहड़ी आपदी माता नूं नहीं संभाल सकदे, इह पब्लिक नूं की संभालणगे, पब्लिक दा की सवारनगे, इह लोक पब्लिक दी की सेवा करनगे, उच्ची उच्ची अहुदिआं ते विराजमान है। इन्होंने जिहड़े पुत्र है जिहड़ी धीआं, इन्होंने यह नहीं पता भी साडी माता भी साडे घरे बैठी है, एक जंगली घर है जिहड़ा जंगल वांगू है उहदे विच बैठी है, कि इन्होंने यह नहीं पता भी जिहड़े उच्चिआं अहुदिआं ते कौन बचाउण वाले साडे मां प्यो, ते फिर उहदा दर्द, उहदा दारू, उहदी दवा, उहदी साह, उहदी संभाल किहने करनी। मैं सरकारां नूं अपील करदा कि इहो जिहे अफसर है ना जिहड़े, इन्हां नूं ड्यूटी तों फारग कर देना चाहिए, कि तुसीं आपदे मां प्यो नूं नहीं सांभ सकदे, तुहाडे मां प्यो रुल रहे है, ते तुसीं पब्लिक दी की सेवा करो। इन्हां लोकां उत्ते मैं मंग करदा रजिस्टर्ड होना चाहीदा केस रजिस्टर्ड होना चाहीदा है, जिन्हां ने एक मां नूं मजबूर करता मरन लई। यार समझ ही नहीं आ रही भी किन्ना चिर हो गया मां नूं उत्थे बीमार पई हो, यह तो समाज सेवियां ने उत्थे जाना सी, किसी ने वीडियो बना के भेजी होनी है, तो जदों उत्थे समाज सेवी गए तो उन्होंने जाके देखिया भी इतने माता के कीड़े पै चुके हैं, माता की तो हालात ही एह जे हालात हो चुके हैं, वो तो गल चुकी है माता जी, एक साहब रोल रही थी वो, ते जेकर ये समाज सेवी उत्थे ना पहुंचते तो हो सकता उत्थे इहदी मौत हो जानी, किसी को पता नहीं लगना सी, ते इहदी बॉडी नूं कुत्तिआं ने लोच लोच खा लेना सी पशुआं ने। ओ यार पंजाबीओ मेरी गल सुनो, वो फिर उत्थे गल आ गई भी असीं तां यार किसी ने जीव जंतु दे कोई डंडा मार दिता तां उहदा सहन नहीं करदे, यार तूं मारिया क्यों है, असीं तो तुरे जांदे यार सेवा करदे आ मनुखता दी, भी आह बंदा यार भुखा पिया है, भी यार इहदी असीं सेवा कर दईए, इहनूं यार रोटी ढाबे तों लिआ के खवा दईए, कोई यार इहदे कोल कपड़ा है नहीं यार इहनूं जांदे कितों कपड़ा ही लै के दे दईए। यार पंजाब दे विच आ जिहड़े पुल बणे आ, पुलां दे थल्ले किन्ने भुखारी पए है, यार उहनां नूं वी असीं आप लिजा के उत्थे उन्हां दी सेवा भी करी दी है, उन्होंने दुध भी पियाईदा शाम नूं, उन्होंने कपड़े भी दे दिए, यार कहा सियाल आ गया, कई तो मेरे दानी भी रहो जे है वो ले जाके उत्थे रजाइयां भी दे आउंदे है, आ जिहड़े मंदबुद्धी बुद्धि लोग बैठे है, वैसे तो मंदबुद्धी लोग जिहड़े बैठे है वो साडे मनुखता की सेवा वाले है बैठे है, साडे वीर समाज सेवी बहुत वधिया काम कर रहे हैं, उन्होंने कोई यहोजा बंदा छड्डिया ही नहीं गा पंजाब दे विच, उन्होंने आपदे उत्थे डेरे च लिजा के उत्थे सेवा कर। पर मैं ये चीज नूं अज यार कालज दे विरुद्ध ते लोकां दे इस मां दी जिहड़ी मौत होई है उहदे लई ये हुण मैं यही लोकां नूं संकेत देना चाहुंदा है कि जिन्हां मां प्यो ने सानूं पालिया है इत्थों तक पढ़ा के इत्थों तक वड्डे वड्डे अफसर लवाए है, जेकर यार असीं उन्हां मावां दी उन्हां अपने पिता की असीं सेवा ही नहीं कर सकते तो लख लानत आ सानूं यार इस दुनिया ते जिउण। ये हुण एक दो दिनां दे विच सामने आ जाणे, क्योंकि मैं पता हैगा मैनूं
ਵੀ ਕਿਹਨਾਂ ਦੀ ਮਾਤਾ ਇਹ ਮੈਂ ਜਾਣ ਕੇ ਨਾਂ ਨਹੀਂ ਲੈ ਰਿਹਾ ਕਿਉਂਕਿ ਹਾਲਾਤ ਹੀ ਹੁਣ ਇਹੋ ਜਿਹੇ ਹੋਏ ਪਏ ਆ ਤੁਹਾਨੂੰ ਪਤਾ ਹੀ ਹੈ ਸਾਡੇ ਵੀ ਹਾਲਾਤ ਉਹੋ ਜਿਹੇ ਹੈ ਕਿ ਮੈਂ ਨਾਂ ਨਹੀਂ ਲੈ ਰਿਹਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਇਹ ਤੁਹਾਡੇ ਸਾਹਮਣੇ ਆਉਂਦੀ ਹੈ ਵੀ ਇਹ ਇਹਨਾਂ ਦੇ ਜਿਹੜੇ ਮਾਤਾ ਦੇ ਪੁੱਤਰ ਹੈ ਉਹ ਕਿਹੜੇ ਕਿਹੜੇ ਅਹੁਦਿਆਂ 'ਤੇ ਲੱਗੇ ਹੋਏ ਆ ਅਤੇ ਫਿਰ ਸ਼ਰਮ ਨਹੀਂ ਆਉਂਦੀ ਯਾਰ ਇਹਨਾਂ ਅਹੁਦੇਦਾਰਾਂ ਨੂੰ ਜਿਹੜੇ ਜਿਹੜੇ ਵੱਡੇ ਅਫਸਰ ਵੀ ਸਾਡੀ ਇੱਕ ਮਾਂ ਨੂੰ ਯਾਰ ਮਰ ਲਈ ਕੋਈ ਛੱਡਦਾ ਯਾਰ ਇਸ ਕਰਕੇ ਵੀਰੋ ਅੱਜ ਜਿਹੜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨਾਲ ਰਿਲੇਟਡ ਇਹ ਮਾਤਾ ਦੀ ਵੀਡੀਓ ਵਾਇਰਲ ਹੋਈ ਹੈ ਇਹਦੇ ਵਿੱਚ ਸਾਰੇ ਸੰਸਾਰ ਦੇ ਇਹਨਾਂ ਨੇ ਕਾਲਜੇ ਵਲੂੰਗਰ ਦੇ ਇਹ ਮੇਰਾ ਸੰਕੇਤ ਹੈ ਕਿ ਆਪਣੇ ਜਿਹੜੇ ਬਿਰਧ ਮਾਤਾ ਪਿਤਾ ਆਪਣੇ ਬੈਠੇ ਹੈ ਸਾਡੇ ਐੱਨ ਆਰ ਆਈ ਵੀਰ ਵੀ ਬੈਠੇ ਹੈ ਐੱਨ ਆਰ ਆਈ ਵੀਰ ਅਤੇ ਸਾਡੇ ਮਾਤਾ ਪਿਤਾ ਪੰਜਾਬ ਦੇ ਵਿੱਚ ਬੈਠੇ ਹੈ ਉਹਨਾਂ ਦੀ ਯਾਰ ਸੇਵਾ ਕਰੋ ਜਿਨ੍ਹਾਂ ਨੇ ਸਾਨੂੰ ਇਹ ਦੁਨੀਆ ਦਿਖਾਈ ਹੈ ਨਾ ਉਹਨਾਂ ਦੀ ਸੇਵਾ ਕਰੋ ਅਸੀਂ ਤਾਂ ਬਗਾਨੇ ਨੂੰ ਵੀ ਯਾਰ ਰੋਟੀ ਨਾਲ ਰਜਾ ਦਿੰਦੇ ਹਾਂ ਪੰਜਾਬੀ ਲੋਕ ਤਾਂ ਹੈ ਹੀ ਇਹੋ ਜਿਹੇ ਕਿਉਂ ਤਾਂ ਯਾਰ ਬਗਾਨੇ ਵੀ ਕੋਈ ਜਾਂਦਾ ਹੋਵੇ ਨਾ ਉਹਨੂੰ ਵੀ ਕਹਿੰਦੇ ਯਾਰ ਲੈ ਪੈਸੇ ਪਈਆਂ ਰੋਟੀ ਖਾ ਲਈ ਜਾਂਦੇ ਤਾਂ ਤੁਹਾਡੀ ਮਾਂ ਹੈ ਜਿਹਨੇ ਤੁਹਾਨੂੰ ਜਨਮਿਆ ਨੌ ਮਹੀਨੇ ਤੁਹਾਨੂੰ ਪੇਟ 'ਚ ਰੱਖਿਆ ਸਮਾਨ ਕਿੰਨੀਆਂ ਮੁਸੀਬਤਾਂ ਸਹੀਆਂ ਹੋਣਗੀਆਂ ਸਮਾਨ ਅਤੇ ਅੱਜ ਉਹੀ ਮਾਂ ਅੱਜ ਇੱਕ ਛੱਪਰ ਦੇ ਵਿੱਚ 2x2 ਦੇ ਛੱਪਰ ਦੇ ਵਿੱਚ ਉਹਦੀ ਮੌਤ ਹੋਈ ਹੈ ਯਾਰ ਕਿੱਡੀ ਸ਼ਰਮ ਵਾਲੀ ਗੱਲ ਹੈ ਇਹਨਾਂ ਲੋਕਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਵੱਡੇ ਵੱਡੇ ਅਹੁਦਿਆਂ 'ਤੇ ਤੁਸੀਂ ਤਣਾਅ ਤੋਂ ਕਿ ਯਾਰ ਬਹੁਤ ਸ਼ਰਮ ਵਾਲੀ ਗੱਲ ਹੈ ਇਸ ਕਰਕੇ ਵੀਰੋ ਮੇਰੀ ਤਾਂ ਇੱਕ ਸੰਦੇਸ਼ ਸੀਗਾ ਕਿ ਆਪਣੇ ਬਜ਼ੁਰਗ ਮਾਤਾ ਪਿਤਾ ਜਿਹੜੇ ਬੈਠੇ ਹੈ ਕਿਸੇ ਦੀ 2 ਸਾਲ ਉਮਰ ਰਹਿੰਦੀ ਹੈ ਕਿਸੇ ਦੀ 3 ਸਾਲ ਹੈ ਕਿਸੇ ਦੀ 4 ਸਾਲ ਕਿਸੇ ਦੀ 10 ਸਾਲ ਪਈ ਹੈ ਉਹਨਾਂ ਦੀ ਯਾਰ ਸੇਵਾ ਕਰੋ ਤਾਂ ਕਿ ਆਹ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਨਾ ਇਹੋ ਜਿਹੀ ਕੋਈ ਨੌਬਤ ਨਾ ਆਵੇ ਕਿਤੇ ਜਾ ਇਹਦੇ 'ਚ ਦੁਨੀਆ ਸ਼ਰਮਸ਼ਾਰ ਹੋ ਗਈ ਅੱਜ ਇਸ ਵੀਡੀਓ ਨੂੰ ਵੇਖ ਵੀ ਯਾਰ ਜਿਹੜੀ ਮਾਂ ਨੇ ਇੱਥੋਂ ਤੱਕ ਬੱਚਿਆਂ ਨੂੰ ਪੜ੍ਹਾ ਕੇ ਉੱਚੇ ਅਹੁਦਿਆਂ 'ਤੇ ਪਹੁੰਚਾ ਤਾ ਜਿਹੜੇ ਕਿ ਅੱਜ ਏਸੀ ਵਾਲੀ ਕਮਰਿਆਂ ਦੇ ਵਿੱਚ ਕੁਰਸੀਆਂ 'ਤੇ ਘੁੰਮਦੇ ਹੈ ਅਤੇ ਲੋਕਾਂ ਨੂੰ ਡੀਲ ਕਰ ਰਹੇ ਹੈ ਪਬਲਿਕ ਦੀਆਂ ਸ਼ਿਕਾਇਤਾਂ ਸੁਣ ਰਹੇ ਹੋ ਤੁਸੀਂ ਆਪਦੀ ਮਾਤਾ ਦੀ ਸ਼ਿਕਾਇਤ ਸੁਣ ਲਓ ਇਸ ਕਰਕੇ ਵੀਰੋ ਮੇਰਾ ਅੱਜ ਇੰਨਾ ਕੁ ਸੰਕੇਤ ਸੀਗਾ ਕਿ ਸਾਡੇ ਜਿਹੜੇ ਮਾਂ ਪਿਓ ਹੈ ਨਾ ਬਿਰਧ ਮਾਤਾ ਪਿਤਾ ਉਹਨਾਂ ਦੀ ਯਾਰ ਸਾਂਭ ਸੰਭਾਲ ਕਰੋ ਤੁਹਾਨੂੰ ਮੈਂ ਵੀਡੀਓ ਚੱਲ ਰਹੀ ਹੈ ਚੈਨਲ ਤਾਂ ਸਾਹਮਣੇ ਦੇਖ ਲਈ ਹੋਣੀ ਪਰ ਮੈਥੋਂ ਰਿਹਾ ਨਹੀਂ ਗਿਆ ਮੈਂ ਕਿਹਾ ਯਾਰ ਮੈਂ ਆਪਦੇ ਪੇਜ ਤੋਂ ਜ਼ਰੂਰ ਲੋਕਾਂ ਨੂੰ ਸੰਕੇਤ ਦੇਵਾਂ ਕਿ ਯਾਰ ਮਾਤਾ ਪਿਤਾ ਦੀ ਸੰਭਾਲ ਕਰੋ ਇਹੀ ਪਰਮਾਤਮਾ ਯਾਰ ਇਹਨਾਂ ਦੇ ਨਾ ਦਿਲ ਦੇ ਵਿੱਚ ਪਰਮਾਤਮਾ ਵੱਸਦਾ ਹੈ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ